दोस्तों, अगर हमारी वीडियो अच्छी लगे तो सब्सक्राइब जरूर करें। पीछे गोदाम के माल पूरा पे है ना जी, रात ही ट्राला लगा के आया। अच्छा ठीक, जूती दिखाओ। अच्छी जी, सही जूती देखो, केड़ी रेकड़ी जूती? मर्दाना लेनी है या जनाना लेनी? भाईजान मैं अपने वास्ते लेनी है। तुसी बंद या दूसरी चप्पल? बंद बंद बंद। ए भाईजान, ए नंबर चेक करी किना होगा? किना नंबर है जी? नंबर 7 है जी। भाईजान मैनू तो सही 6.5 लगता है। तो 7 होएगा? तू भी चवला ही मारना दुकान दे। भाईजान ए जूती देखो, बहुत अच्छी जुत्ती है और बोका कंपनी की जुत्ती है और पायदार जुत्ती है। और किवें 10,000? हाँ जी हाँ जी सर जी हाँ जी। पैसे किने? पैसे मेरा भरा तैनू रियायत शायद करके 500 रुपये। मेरा भरा रियायत तैनू पहले ही करती, 500 जेब है तो लै जो, नहीं है तो तुहाडी मर्जी। चलो भाईजान कढ़ो 500 रुपये। चलो भाईजान लै जो भाईजान, लो जी अल्लाह नसीब करे। अपने गोदाम च जेड़ा माल पिया ना, ਉਹਨੇ 10-15 ਮਿੰਟ ਤੱਕ ਵੇਖ ਜਾਂਦਾ, ਉਹ ਸਾਰਾ ਚੁਕਵਾ ਲਈ, ਕੋਈ ਬੰਦਾ ਨਾਰ ਲਾ ਲਈ। ਅਸਲਾਮ ਅਲੈਕੁਮ ਭਾਈਜਾਨ। ਵਾਲੇ ਸਲਾਮ ਭਾਈਜਾਨ, ਕੀ ਹਾਲ ਭਾਈਜਾਨ? ਭਾਈਜਾਨ ਬੋਕਾ ਕੰਪਨੀ? ਜੀ ਜੀ ਬੋਕਾ ਕੰਪਨੀ ਜਨਾਬ। ਅੱਛਾ ਅੱਛਾ, ਕਾਫੀ ਜਗ੍ਹਾ ਤੁਹਾਡੀ ਦੁਕਾਨ ਪੁੱਛਦੇ ਪੁੱਛਦੇ ਬੜਾ ਔਖਾ ਪਹੁੰਚਿਆ। ਬੜੀ ਤੁਹਾਡੀ ਦੁਕਾਨ ਦਾ ਸਾ ਨਾਂ ਸੁਣਿਆ, ਬੜੀ ਮਸ਼ਹੂਰ ਹੈ। ਤੇ ਇਹ ਮੇਰਾ ਛੋਟਾ ਵੀਰਾ। ਅੱਛਾ ਅੱਛਾ, ਮਾਸ਼ਾਅੱਲਾ। ਇਹਦੀ ਹੈ ਸ਼ਾਦੀ? ਹਾਂਜੀ ਹਾਂਜੀ। ਤੇ ਸਭ ਕੋਈ ਇਹੋ ਜਿਹਾ ਬੂਟ ਦਿਖਾਓ, ਕਈ ਨੇ ਪਾਉਣੀ ਹੈ ਸ਼ੇਰਵਾਨੀ। ਅੱਛਾ, ਇੱਕ ਦਫਾ ਪਾਵੇ ਤੇ ਸਾਡੇ ਸ਼ਰੀਰ ਕੀ ਵੱਡੇ ਦੇ ਰਹੇ ਆ ਜੀ, ਦੇ ਪੈਰਾਂ ਦੇ ਸ਼ੇਰਵਾਨੀ ਵਾਸਤੇ ਇਹਦਾ ਬੂਟ ਦੇਖਣ ਦਾ ਹੈ ਕਹਦਾ? ਨਹੀਂ ਨਹੀਂ ਮੇਰਾ ਭਰਾ, ਬੇਫਿਕਰ ਹੋ ਜਾਓ, ਤੁਹਾਨੂੰ ਮੈਂ ਜੁੱਤੀ ਉਹ ਦੇਵਾਂਗਾ, ਤੁਸੀਂ ਪੂਰੀ ਜ਼ਿੰਦਗੀ ਯਾਦ ਕਰੋਗੇ। ਇਹ ਬੋਕਾ ਕੰਪਨੀ ਦੀ ਜੁੱਤੀ ਹੈ, ਜਿਹੜਾ ਬੰਦਾ ਇੱਕ ਦਫਾ ਲੈ ਜਾਂਦਾ ਨਾ, ਉਹ ਦੁਬਾਰਾ ਅੱਲਾ ਦੇ ਹੁਕਮ ਨਾਲ ਨਹੀਂ ਆਂਦਾ। ਕੀ ਮਤਲਬ ਭਾਈਜਾਨ? ਉਹ ਭਾਈਜਾਨ ਜ਼ਿੰਦਗੀ ਮੁੱਕ ਜਾਂਦੀ ਏ ਪਰ ਜੁੱਤੀ ਨਹੀਂ ਜਾਂਦੀ। ਅੱਛਾ ਅੱਛਾ, ਇਹ ਉਹ ਜੁੱਤੀ ਏ ਜੇ ਪਿਓ ਦੇ ਹੱਥ 'ਚ ਆ ਜਾਵੇ ਤੇ ਪੁੱਤਰ ਸਿੱਧਾ। ਅੱਛਾ, ਜੇ ਮਾਂ ਦੇ ਹੱਥ 'ਚ ਆ ਜਾਵੇ ਤੇ ਧੀ ਸਿੱਧੀ। ਅੱਛਾ, ਜੇ ਉਸਤਾਦ ਦੇ ਹੱਥ 'ਚ ਆ ਜਾਵੇ ਤੇ ਸ਼ਾਗਿਰਦ ਸਿੱਧੇ। ਅੱਛਾ, ਹੁਣ ਦੱਸੋ ਕਿੰਨੀ ਕੁਆਲਿਟੀ ਨੇ ਇਸ ਜੁੱਤੀ ਦੀ? ਅੱਛਾ ਇਹ ਵਾਲੀ? ਹਾਂ, ਚੈੱਕ ਕਰ ਮੇਰਾ ਵੀਰਾ ਪਾ ਕੇ। ਅੱਛਾ ਪਾ, ਠੀਕ ਹੋ ਗਿਆ। ਦਿਓ ਸ਼ਾਪਰ ਨੀ ਪਾਉਣੀ ਮੇਰਾ ਵੀਰਾ, ਇਹ ਸਰਦਾਰ ਹੱਥ ਪਦੇ ਤੂੰ ਹੀ ਵੇ, ਇਹ ਸਿਰ ਤੇ ਰੱਖੇ ਸੀ। ਮੇਰਾ ਭਰਾ ਤੁਹਾਨੂੰ ਰਿਆਇਤ ਨਾਲ ਦੱਸਿਆ ਬੋਕਾ ਕੰਪਨੀ ਦੀ ਜੁੱਤੀ ਹੈ, ਜੇ ਜ਼ਿੰਦਗੀ ਦੇ ਨਾਲ ਨਾ ਹੰਡੇ ਤਾਂ ਜੁੱਤੀ ਵਾਪਸ ਕਰ ਜਾਣਾ, ਰੁਪਇਆ 1,000 ਹੀ ਲੱਗੇਗਾ। 3500 ਲਾਇਆ ਉਹ, 1,000 ਦਾ ਕਿਹੜਾ ਤੂੰ 3500 ਲਾਣਾ ਤੇ? ਇਹ ਬੰਦਾ ਚੰਗਾ ਵੈਸੇ ਮੇਰੇ ਵਾਸਤੇ, ਆਰਾਮ ਕਰ ਚੱਲ। ਅਗਲੀ ਵਾਰੀ ਆਇਆ ਕਰ ਇਹਨੂੰ ਭੇਜੀ। ਹੈਲੋ ਬਾਜਾਨ, ਠੀਕ ਹੋ ਗਿਆ ਬਾਜਾਨ? ਠੀਕ ਹੈ, ਓਕੇ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਜੀ। ਜਾ ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਹੈ? ਸਲਾਮ ਕਰ ਚਾਚੇ ਨੂੰ। ਓ ਕਿਲਵਾ ਦੇ ਪਏ ਵੇ, ਓ ਯਾਰ ਕਰੇਲਾ ਵੀਰਾ। ਹਾਂ, ਤੇ ਉਹਦਾ ਪਤਾ ਮੇਰਾ ਵੀਰਾ ਹੈ। ਹਾਂ, ਇਹਨੀ ਸ਼ਾਦੀ? ਹਾਂ, ਤੇ ਜੁੱਤੀ ਕੀ ਦੀ ਆਨੇ ਹੈ ਤੇ ਸਜਰ ਬਰਾਤੇ ਜੁੱਤੀ ਲਈ ਵੇ? ਜੀ ਆ ਤੇ ਲਈ ਕੀ ਤੂੰ ਹੀ ਲੈ? ਓ ਯਾਰ ਕੋਈ ਫੱਟੇ ਵਾਲੀ ਦੁਕਾਨ ਨਹੀਂ, ਓ ਬੋਕਾ ਕੰਪਨੀ। ਹਾਂ, ਤੋ ਕੀ ਦੀ ਆਨੇ ਹੈ? ਤੁਹਾਡੀ ਤਾਂ ਸਹਾਇਤਾਰੀ ਵਧੀਏ। ਓ ਕਿਉਂ? ਉਹਦੀ ਦੁਕਾਨ ਤੂੰ ਤੇ ਜਿਹੜਾ ਜੁੱਤੀ ਲਵੇ 2 ਘੰਟੇ ਬਾਅਦ ਫੌਤ ਹੋ ਵਜਦਾ ਹੈ। ਹੈਂ, ਤੁਹਾਨੂੰ ਝੋਖੀ ਦੇਰ ਹੋਈ ਹੈ ਲੈਣ ਨੂੰ? ਸਾਨੂੰ ਹੋ ਗਏ 20 ਮਿੰਟ। ਠੀਕ ਹੈ, 20 ਮਿੰਟ? 1 ਘੰਟਾ ਤੇ 40 ਮਿੰਟ ਬਕਾਇਆ ਰਹਿ ਗਈਆਂ ਨੇ ਇਹਦੇ ਫੌਤ ਹੋਣ ਵਿੱਚ, ਕਿਉਂਕਿ ਜਿਹੜਾ ਬਾਲੇ ਬੋਕੇ ਦੀ ਦੁਕਾਨ ਤੋਂ ਜੁੱਤੀ ਲੈ ਤਾਂ 2 ਘੰਟੇ ਬਾਅਦ ਉਹ ਫੌਤ ਹੋ ਵਜਦਾ ਹੈ। ਇਹਦੀ ਹੁਣ ਸ਼ਾਦੀ ਦਾ ਇੰਤਜ਼ਾਮ ਨਾ ਕਰ ਤੇ ਵਾਲ ਕੀ ਕਰਾਂ? ਇਹਦੇ ਕਫਨ ਦਾ ਇੰਤਜ਼ਾਮ ਕਰ, ਸੋਹਣੀ ਲੁੰਗੀ ਕਫਨ, ਕਬਰ ਵਾਲ ਬੰਦਾ ਗੱਲ। ਓਏ ਹਲੇ ਤਾਂ ਯਾਰ ਮੈਂ ਜੁੱਤੀ ਪਾਈ ਕਹਿ ਲੈ, ਜੁੱਤੀ ਤਾਂ ਮੈਂ ਸਿਰ ਤੇ ਰੱਖੀ ਗਲਾ। ਇਹ ਸਿਰ ਤੇ ਜੁੱਤੀ ਨਾ ਹੀ ਰੱਖਣੀ, ਇਹ ਆਪਦੇ ਸਰਦਾਰ ਦੇ ਸਿਰ ਤੇ ਹੁਣ ਕਫਨ ਰੱਖ। दोस्तों, अगर हमारी वीडियो अच्छी लगे तो सब्सक्राइब जरूर करें।